ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਬਣਾਵਾਂਗੇ ਆਲੂ ਪਕੌੜੇ ਬੜੀਆਂ ਦੀ ਸਬਜ਼ੀ। ਕਿਹਦੇ ਕਿਹਦੇ ਘਰ 'ਚ ਬਣਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਵਧੀਆ ਲੱਗਦੀ ਹੁੰਦੀ, ਵੀਡੀਓ ਵਿੱਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ। ਸੋ ਸਟਾਰਟ ਕਰਦੇ ਆਪਾਂ। ਸੋ ਲਓ ਜੀ, ਇੱਥੇ ਆਪਾਂ ਆਪਣੀ ਜਿਹੜੀ ਸਬਜ਼ੀ ਬਣਾਉਣੀ ਸਟਾਰਟ ਕਰਤੀ। ਸੋ ਜਿਹੜਾ ਲਟਰਮ ਬਟਰਮ ਆਈ ਮੀਨ ਤੜਕਾ ਜਿਹੜਾ ਵੀ ਤੁਹਾਡੇ ਘਰ ਆ, ਬਸ ਤੁਸੀਂ ਉਹਨੂੰ ਚੋਪ ਕਰ ਲੈਣਾ ਆ। ਸੋ ਆਪਾਂ ਇੱਥੇ ਟਮਾਟਰ ਲਿਆ, ਇੱਕ ਮੀਡੀਅਮ ਜਿਹੇ ਸਾਈਜ਼ ਦਾ ਹੀ ਆ, ਜੇ ਜ਼ਿਆਦਾ ਪਾਉਂਦੇ ਨਾ ਖੱਟਾ ਹੋ ਜਾਂਦਾ, ਵੈਸੇ ਵੀ ਗਰਮ ਹੁੰਦਾ। ਸੋ ਆਪਾਂ ਟਮਾਟਰ ਨੂੰ ਕੱਟ ਕੇ ਤਿਆਰ ਕਰ ਲਿਆ। ਤੋ ਫਿਰ ਆਪਾਂ ਜਿਹੜੇ ਆਪਣੇ ਪਿਆਜ਼ ਸੀਗੇ ਉਹਨਾਂ ਨੂੰ ਬਰੀਕ ਬਰੀਕ ਕੱਟਣਾ ਆ। ਸੋ ਜਿਹੜੇ ਬਰੀਕ ਬਰੀਕ ਪਿਆਜ਼ ਹੁੰਦੇ ਆ ਉਹਨਾਂ ਦਾ ਤੜਕਾ ਬਹੁਤ ਸੋਹਣਾ ਲੱਗਦਾ ਅਤੇ ਸਬਜ਼ੀ ਵਧੀਆ ਬਣਦੀ ਹੈ। ਜੇ ਵੱਡੇ ਵੱਡੇ ਕੱਟੋ ਨਾ ਤਾਂ ਭੁੰਨਣ ਦਾ ਵੀ ਅਲੱਗ ਹੀ ਤਰੀਕਾ ਹੁੰਦਾ ਵਾ, ਨਹੀਂ ਤਾਂ ਉੱਪਰ ਤੈਰ ਕੇ ਜੇ ਆ ਜਾਂਦੇ। ਜੇ ਕੱਚੇ ਰੱਖੋ ਬਹੁਤ ਹੀ ਗੰਦੇ ਲੱਗਦੇ ਆ ਦੇਖਣ ਨੂੰ ਵੀ। ਸੋ ਪਹਿਲਾਂ ਕਹਿੰਦੇ ਆ ਨਾ ਵੀ ਦੇਖਣ ਨੂੰ ਸੋਹਣਾ ਲੱਗਣਾ ਚਾਹੀਦਾ, ਤਾਂ ਹੀ ਆਪਾਂ ਨੂੰ ਖਾਣ ਨੂੰ ਵੀ ਸੋਹਣਾ ਲੱਗਦਾ, ਟੇਸਟੀ ਲੱਗਦਾ ਆ। ਸੋ ਪਹਿਲਾਂ ਅੱਖਾਂ ਨੂੰ ਸੋਹਣਾ ਲੱਗਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਸੋ ਆਪਾਂ ਇਸ ਤਰ੍ਹਾਂ ਜਿਹੜੇ ਅਨੀਅਨ ਨੇ ਉਹਨਾਂ ਨੂੰ ਵੀ ਛਿੱਲ ਲਿਆ ਅਤੇ ਉਸ ਤੋਂ ਬਾਅਦ ਮੈਂ ਉਹਨਾਂ ਦੀ ਚੋਪਿੰਗ ਕੀਤੀ ਆ। ਮੈਂ ਬਿਲਕੁਲ ਹਮੇਸ਼ਾ ਜਦੋਂ ਵੀ ਕੋਈ ਸਬਜ਼ੀ ਬਣਾਉਣੀ ਹੈ ਨਾ ਉਦੋਂ ਬਸ ਬਰੀਕ ਬਰੀਕ ਕੱਟਦੀ ਹਾਂ ਪਿਆਜ਼। ਮਤਲਬ ਜੇ ਤਰੀ ਵਾਲੀ ਹੋਵੇ ਜਾਂ ਦਾਲ ਹੋਵੇ ਜਾਂ ਤਰੀ ਵਾਲੀ ਸਬਜ਼ੀ ਹੋਵੇ ਤਾਂ ਮੈਂ ਇਸ ਤਰ੍ਹਾਂ ਹੀ ਬਣਾਉਂਦੀ ਹਾਂ, ਬਰੀਕ ਬਰੀਕ ਪਿਆਜ਼ ਕੱਟ ਕੇ। ਅਦਰਵਾਈਜ਼ ਤਾਂ ਮੈਂ ਜੇ ਮਤਲਬ ਸੁੱਕੀ ਸਬਜ਼ੀ ਆ ਫਿਰ ਮੈਂ ਜਿਹੜੇ ਮੋਟੇ ਪਿਆਜ਼ ਆ ਕੱਟ ਦਿੰਦੀ ਹਾਂ। ਸੋ ਇਸ ਤਰ੍ਹਾਂ ਆਪਾਂ ਜਿਹੜੇ ਸਾਰੇ ਤੜਕੇ ਦੀ ਜਿਹੜੀ ਚੋਪਿੰਗ ਕਰ ਲੈਣੀ ਹੈ ਜੀ। ਲਓ ਜੀ, ਪਿਆਜ਼ ਦੀ ਚੋਪਿੰਗ ਆ ਜਿਹੜੀ ਸੋ ਕਰਤੀ ਆ ਆਪਾਂ, ਹੋ ਚੁੱਕੀ ਆ ਜਿਹੜੀ ਪਿਆਜ਼ ਦੀ ਚੋਪਿੰਗ ਆ। ਸੋ ਉਸ ਤੋਂ ਬਾਅਦ ਜਿਹੜੇ ਆਪਾਂ ਲਸਣ ਵਗੈਰਾ ਛਿੱਲਦੇ ਹਾਂ ਉਹ ਛਿੱਲਾਂਗੇ। ਸੋ ਆਪਾਂ ਇਸ ਤਰ੍ਹਾਂ ਜਿਹੜਾ ਲਸਣ ਮੈਂ ਬਹੁਤ ਵੈਸੇ ਤਾਂ ਘੱਟ ਹੀ ਪਾਉਣੀ ਹੁੰਦੀ ਕਿਉਂਕਿ ਗਰਮੀ ਹੈ ਨਾ, ਇੱਦਾਂ ਫਿਰ ਸਹੀ ਨਹੀਂ ਹੁੰਦਾ ਹੈਗਾ, ਅਤੇ ਨਾਲੇ ਜ਼ਿਆਦਾ ਪਾਓ ਨਾ ਟੇਸਟ ਵੀ ਖਰਾਬ ਹੋ ਜਾਂਦਾ। ਸੋ ਇਸ ਤਰ੍ਹਾਂ ਆਪਾਂ ਦੋ ਤਿੰਨ ਕਲੀਆਂ ਪਾਵਾਂਗੇ, ਜਿਹੜੀਆਂ ਵੱਡੀਆਂ ਹੁੰਦੀਆਂ ਨੇ ਉਹ ਦੋ ਤਿੰਨ ਕਲੀਆਂ ਪਾ ਕੇ। ਸੋ ਆਪਾਂ ਉਹਨੂੰ ਵੀ ਉਹਦੇ ਵਿੱਚ ਐਡ ਔਨ ਕਰਾਂਗੇ ਤੜਕੇ ਦੇ ਵਿੱਚ। ਅਦਰਕ ਅਸੀਂ ਨਹੀਂ ਪਾਉਂਦੇ ਹੈਗੇ ਕਿਉਂਕਿ ਸਾਡੇ ਘਰ ਘੱਟ ਹੀ ਪਸੰਦ ਕਰਦੇ ਅਦਰਕ ਪਾਉਣਾ। ਸੋ ਇਸ ਕਰਕੇ ਆਪਾਂ ਨਾ ਕਦੇ ਲਿਆਉਂਦੇ ਹਾਂ, ਸਾਗ ਦੇ ਲਈ ਜ਼ਰੂਰ ਅਸੀਂ ਵਰਤਦੇ ਹਾਂ, ਉੱਦਾਂ ਅਸੀਂ ਨਹੀਂ ਵਰਤਦੇ। ਸੋ ਇਸ ਤਰ੍ਹਾਂ ਆਪਾਂ ਜਿਹੜਾ ਲਸਣ ਆ ਉਹਨੂੰ ਵੀ ਚੰਗੀ ਤਰ੍ਹਾਂ ਪੀਲ ਕਰ ਲੈਣਾ ਆ, ਸਾਫ਼ ਕਰਕੇ ਫਿਰ ਉਹਦੀ ਜਿਹੜੀ ਚੋਪਿੰਗ ਕਰ ਲੈਣੀ ਆ। ਲਓ ਜੀ, ਆਪਾਂ ਜਿਹੜੇ ਆਪਣੇ ਲਸਣ ਵਗੈਰਾ ਨੇ ਉਹਨਾਂ ਦੀ ਜਿਹੜੀ ਚੋਪਿੰਗ ਆ ਸਟਾਰਟ ਕਰਤੀ ਆ। ਸੋ ਇਸ ਤਰ੍ਹਾਂ ਉਹਨਾਂ ਨੂੰ ਵੀ ਬਰੀਕ ਬਰੀਕ ਕੱਟ ਲੈਣਾ ਆ, ਨਹੀਂ ਤਾਂ ਵੱਡਾ ਵੱਡਾ ਨਾ ਗੰਦਾ ਜਿਹਾ ਲੱਗਦਾ, ਉਹ ਵੀ ਸੋਹਣਾ ਨਹੀਂ ਲੱਗਦਾ ਹੈਗਾ ਦੇਖਣ ਨੂੰ ਵੀ, ਉੱਪਰ ਜੇ ਫਿਰਦਾ ਰਹਿੰਦਾ ਤੜਕੇ ਦੇ। ਸੋ ਇਸ ਵਜ੍ਹਾ ਕਰਕੇ ਤਾਂ ਮੈਂ ਭੁੱਲ ਗਈ ਸੀਗੀ ਵੀ ਸਾਡੇ ਟੱਬਰ 'ਚ ਤਾਂ ਕੋਈ ਵੀ ਖਾਂਦਾ ਹੀ ਨਹੀਂ ਹੈਗਾ ਟਮਾਟਰ ਆ ਜਿਹੜੇ ਇਸ ਤਰ੍ਹਾਂ ਕੱਟ ਕੇ। ਸੋ ਉਹਨੂੰ ਨਾ ਮਤਲਬ ਪੀਸ ਕੇ ਹੀ ਪਾਉਂਦੇ ਹਾਂ ਅਸੀਂ, ਨਹੀਂ ਤਾਂ ਪਾਉਂਦੇ ਹੀ ਨਹੀਂ, ਅਸੀਂ ਸਕਿੱਪ ਕਰ ਦਿੰਦੇ ਹਾਂ, ਨਹੀਂ ਤਾਂ ਅਸੀਂ ਮਤਲਬ ਕੱਟ ਕੇ ਤਾਂ ਪਾਉਂਦੇ ਨਹੀਂ, ਪੀਸ ਕੇ ਹੀ ਪਾਉਂਦੇ ਹਾਂ ਇਸ ਤਰ੍ਹਾਂ ਹੀ ਆ। ਸੋ ਚਲੋ ਜੀ, ਆਪਾਂ ਇਹਨਾਂ ਨੂੰ ਜਿਹੜਾ ਮਿਕਸੀ ਦੇ ਵਿੱਚ ਗ੍ਰਾਇੰਡ ਕਰ ਲੈਂਦੇ ਹਾਂ। ਅਤੇ ਫਿਰ ਆਪਾਂ ਜਿਹੜੇ ਟਮਾਟਰ ਨੇ ਚੌਪਾ ਇਹਦੇ 'ਚ ਗ੍ਰਾਇੰਡ ਕਰ ਲੈਂਦੇ ਮਿਕਸੀ ਦੇ ਵਿੱਚ, ਤਾਂ ਕਿ ਜਿਹੜੀ ਗ੍ਰੇਵੀ ਨਾਲ ਤਾਂ ਆਪਣੀ ਗਾੜੀ ਹੋ ਜੂਗੀ। ਅਤੇ ਪਿਆਜ਼ ਮੈਂ ਕਦੇ ਵੀ ਗ੍ਰਾਇੰਡ ਨਹੀਂ ਕਰਦੀ ਹੈਗੀ, ਮਤਲਬ ਜੇ ਕੋਈ ਸਪੈਸ਼ਲ ਹੁੰਦੀ ਡਿਸ਼ ਹੈ ਨਾ ਅਤੇ ਰੈਸਟੋਰੈਂਟ ਸਟਾਈਲ ਹੁੰਦੀ, ਤਾਂ ਹੀ ਮੈਂ ਚੀਜ਼ਾਂ ਨੂੰ ਉਹ ਕਰਦੀ ਹਾਂ ਮਿਕਸੀ ਦੇ ਵਿੱਚ ਕਰਦੀ ਹਾਂ, ਕਿਉਂਕਿ ਨਾ ਜਿਹੜੇ ਪਿਆਜ਼ ਉਹ ਫਿਰ ਪਾਣੀ ਬਹੁਤ ਛੱਡ ਦਿੰਦੇ ਆ। ਅਤੇ ਫਿਰ ਉਹਦਾ ਕਰਕੇ ਆਪਾਂ ਜਿਹੜੇ ਇਕੱਲੇ ਟਮਾਟਰ ਹੀ ਜਿਹੜੇ ਉਹਨਾਂ ਨੂੰ ਮਿਕਸੀ ਦੇ ਵਿੱਚ ਗ੍ਰਾਇੰਡ ਕਰਾਂਗੇ, ਬਾਕੀ ਨਹੀਂ ਆਪਾਂ, ਬਾਕੀ ਤਾਂ ਉਸੇ ਤਰ੍ਹਾਂ ਕਟਿੰਗ ਕਰ ਲਾਂਗੇ। ਮੈਂ ਬਰੀਕ ਬਰੀਕ ਕੱਟ ਲੈਂਦੀ ਹੁੰਦੀ ਹਾਂ ਪਿਆਜ਼ਾਂ ਨੂੰ ਹਮੇਸ਼ਾ। ਸੋ ਇਸ ਤਰ੍ਹਾਂ ਆਪਣਾ ਬਹੁਤ ਹੀ ਵਧੀਆ ਪਿਊਰੀ ਜੀ ਬਣ ਕੇ ਰੈਡੀ ਹੋ ਗਈ ਟਮਾਟਰਾਂ ਦੀ। ਸੋ ਇਸ ਤਰ੍ਹਾਂ ਹੀ ਆਪਾਂ ਇੱਥੇ ਆਪਣੇ ਜਿਹੜੇ ਬੜੀਆਂ ਅਤੇ ਪਕੌੜੇ ਵਗੈਰਾ ਉਹ ਕੱਢ ਰਹੇ ਸੀਗੇ ਸਾਡੇ ਜਿਹੜੇ। ਸੋ ਇਸ ਤਰ੍ਹਾਂ ਆਪਾਂ ਜਿਹੜੇ ਬੜੀਆਂ ਪਕੌੜੇ ਆ ਉਹ ਵੀ ਮੈਂ ਕੱਢ ਰਹੀ ਸੀ, ਉਹ ਜਿੰਨੇ ਆਪਾਂ ਲੋੜ ਹੁੰਦੀ ਹੈ, ਇੱਕ ਕੌਲੀ ਦੋ ਕੌਲੀ ਜਾਂ ਜਿੰਨੇ ਵੀ ਤੁਸੀਂ ਪਸੰਦ ਕਰਦੇ ਆ ਪਾਉਣਾ ਉਨੇ ਕੁ ਤੁਸੀਂ ਪਾ ਸਕਦੇ ਹੋ। ਮੇਰੇ ਕੋਲ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ, ਮੇਰੇ ਕੋਲ ਨਾ ਦੋਨੇ ਤਰ੍ਹਾਂ ਦੀਆਂ ਬੜੀਆਂ ਸੀਗੀਆਂ, ਇੱਕ ਸਬਜ਼ੀ ਵਾਲੀਆਂ ਹੁੰਦੀਆਂ ਅਤੇ ਇੱਕ ਹੁੰਦੀਆਂ ਚੌਲਾਂ ਵਾਲੀਆਂ।
ਸੋ ਮੈਂ ਉਹ ਦੋਨੇ ਤਰ੍ਹਾਂ ਜਿਹੜੀਆਂ ਬੜੀਆਂ ਲਿੱਤੀਆਂ ਨੇ ਰੈਡੀ ਕਰ ਲਈ ਰੱਖੀਆਂ ਨਾ ਵੀ ਤਿਆਰ ਕਰਕੇ। ਸੋ ਇਸ ਤਰ੍ਹਾਂ ਫਿਰ ਨਾਲ ਹੀ ਆਪਾਂ ਪਕੌੜੇ ਜਿਹੜੇ ਕੱਢ ਲਏ ਸੀਗੇ ਅਤੇ ਇੱਥੇ ਸਾਰੇ ਨਮਕ ਮਿਰਚ ਮਸਾਲੇ ਜਿਹੜੇ ਵੀ ਰੈਡੀ ਕਰਨੇ ਆਪਾਂ ਉਹ ਸਾਰੀ ਸਬਜ਼ੀ 'ਚ ਪਾਉਣੇ ਆ ਉਹ ਮੈਂ ਸਾਹਮਣੇ ਪਹਿਲਾਂ ਰੱਖ ਲੈਂਦੀ ਹੁੰਦੀ ਹਾਂ ਤਾਂ ਕਿ ਕੋਈ ਚੀਜ਼ ਰਹਿ ਨਾ ਜਾਵੇ। ਕਈ ਵਾਰੀ ਨਾ ਆਪਾਂ ਚੀਜ਼ ਹੁੰਦੀ ਵੀ ਆ ਉੱਦਾਂ ਹੀ ਭੁੱਲ ਜਾਂਦੇ ਹਾਂ। ਸੋ ਇਸ ਤਰ੍ਹਾਂ ਚਲੋ ਛੱਡੋ ਬਾਕੀ ਗੱਲਾਂ ਅਤੇ ਹੁਣ ਆਪਾਂ ਜਿਹੜੀ ਆਪਣੀ ਸਬਜ਼ੀ ਆ ਬਣਾਉਣੀ ਉਹਨੂੰ ਤਿਆਰ ਕਰਦੇ ਹਾਂ। ਸੋ ਤੁਸੀਂ ਕਿਹੜੇ ਭਾਂਡੇ 'ਚ ਬਣਾਉਂਦੇ ਹੋ? ਅਸੀਂ ਤਾਂ ਕੁੱਕਰ 'ਚ ਹੀ ਬਣਾਵਾਂਗੇ, ਨਾਲੇ ਤਾਂ ਗੈਸ ਦੀ ਬੱਚਤ ਹੁੰਦੀ ਹੈ। ਸੋ ਪਰ ਕਈ ਵਾਰੀ ਟੇਸਟ ਉਹੋ ਜਿਹਾ ਨਹੀਂ ਹੁੰਦਾ, ਬਾਕੀ ਹੁਣ ਆਪਣਾ ਜਿਹੜਾ ਮਨ ਉਸ ਤਰ੍ਹਾਂ ਦਾ ਹੋ ਗਿਆ। ਜਦੋਂ ਅਸੀਂ ਚੁੱਲ੍ਹੇ ਦੀ ਸਬਜ਼ੀ ਖਾਂਦੇ ਸੀ ਉਦੋਂ ਸਾਨੂੰ ਲੱਗਦਾ ਸੀ ਥੋੜ੍ਹਾ ਜਿਹਾ ਔਖਾ, ਪਰ ਹੁਣ ਸਾਨੂੰ ਵਧੀਆ ਲੱਗਦਾ, ਇਸ ਤਰ੍ਹਾਂ ਹੀ ਆਦਤ ਹੋ ਗਈ ਆ। ਸੋ ਚਲੋ ਜੀ, ਆਪਣੇ ਜਿਹੜੇ ਬੜੀਆਂ ਅਤੇ ਪਕੌੜੇ ਆ ਉਹਨਾਂ ਨੂੰ ਭਿਉਣਾ ਜ਼ਰੂਰ ਆ। ਸੋ ਇੱਥੇ ਆਪਾਂ ਜਿਹੜੇ ਆਪਣੇ ਬੜੀਆਂ ਅਤੇ ਉਹਨੇ ਪਕੌੜੇ ਉਹਨਾਂ ਨੂੰ ਭਿਉਂ ਦੇਣਾ ਆ। ਸੋ ਆਪਾਂ ਇੱਕ ਕੜਛੀ ਆਇਲ ਲਿੱਤਾ ਆ। ਸੋ ਇੱਥੇ ਆਪਾਂ ਬਾਕੀ ਤੁਸੀਂ ਜਿੰਨਾ ਆਇਲ ਖਾਂਦੇ ਹੋ ਨਾ ਉਸ ਤਰ੍ਹਾਂ ਲਿਓ। ਬਾਕੀ ਮੈਂ ਇੱਕ ਕੜਛੀ ਆਇਲ ਵੀ ਲਿੱਤੀ ਆ, ਵੱਡੀ ਆ ਥੋੜ੍ਹੀ ਜਿਹੀ ਕੜਛੀ ਸਾਡੀ। ਅਤੇ ਸੋ ਆਪਾਂ ਇੱਕ ਉਹਨੂੰ ਪਹਿਲਾਂ ਜਿਹੜਾ ਜੇ ਅਸੀਂ ਸਰ੍ਹੋਂ ਦਾ ਤੇਲ ਯੂਜ਼ ਕਰਦੇ ਹਾਂ ਉਹਨੂੰ ਥੋੜ੍ਹਾ ਪਹਿਲਾਂ ਪਕਾਉਣਾ ਪੈਂਦਾ ਤਾਂ ਕਿ ਉਹਦਾ ਕੱਚਾ ਪਾਣੀ ਜੋ ਨਿਕਲ ਜਾਵੇ, ਨਹੀਂ ਤਾਂ ਸਬਜ਼ੀ 'ਚੋਂ ਕੱਚੇ ਤੇਲ ਦੀ ਸਮੈਲ ਆਉਂਦੀ ਰਹਿੰਦੀ ਆ। ਸੋ ਇਸ ਚਲੋ ਜੀ, ਆਪਾਂ ਸਾਰਾ ਕੁਛ ਤਿਆਰ ਕਰ ਲਿਆ ਜੀ। ਸਾਰਾ ਕੁਛ ਆਪਾਂ ਤਿਆਰ ਕਰ ਲਿਆ ਅਤੇ ਇਹ ਸੀਗੀ ਆਲੂਆਂ ਦੀ, ਆਲੂ ਦੇ ਪਰੌਂਠਿਆਂ 'ਚ ਫਿਲਿੰਗ ਪਈ ਸੀ। ਸੋ ਇਹ ਫਿਰ ਕੱਲ੍ਹ ਤੱਕ ਤਾਂ ਖਰਾਬ ਹੋ ਜਾਂਦੀ, ਰਾਤ ਨੂੰ ਪਰੌਂਠੇ ਨਹੀਂ ਖਾਧੇ, ਤੁਹਾਨੂੰ ਪਤਾ ਹੀ ਹੈ ਖਾਧੇ ਨਹੀਂ ਜਾਂਦੇ। ਸੋ ਇਸ ਵਜ੍ਹਾ ਕਰਕੇ ਜਿਹੜੇ ਆਪਣੇ ਆਲੂ ਅਤੇ ਬੜੀਆਂ ਸੀਗੀਆਂ ਇਹ ਆਪਾਂ ਸੋਰੀ ਪਕੌੜੇ ਅਤੇ ਬੜੀਆਂ ਭਿਉਂ ਕੇ ਰੱਖ ਕੇ ਆਲੂ ਆ ਪਏ ਨੇ। ਸੋ ਆਪਾਂ ਤੜਕਾ ਕੱਟ ਲਿਆ ਸੀ ਅਤੇ ਪਹਿਲਾਂ ਮੇਰੇ ਦਿਮਾਗ 'ਚ ਨਿਕਲ ਗਿਆ ਵੀ ਸਾਡੇ ਟੱਬਰ 'ਚ ਤਾਂ ਕੋਈ ਖਾਂਦਾ ਹੀ ਨਹੀਂ ਕੱਟੇ ਹੋਏ। ਸੋ ਇਸ ਵਜ੍ਹਾ ਕਰਕੇ ਫਿਰ ਮੈਨੂੰ ਦੁਬਾਰਾ ਪੀਸਣੇ ਪਏ, ਦਿਮਾਗ 'ਚ ਨਿਕਲ ਗਈ ਗੱਲ, ਜਾਂ ਤਾਂ ਅਸੀਂ ਪਾਉਂਦੇ ਨੀਗੇ ਜਾਂ ਤਾਂ ਫਿਰ ਅਸੀਂ ਪੀਸ ਕੇ ਪਾਉਂਦੇ ਹਾਂ ਇਸ ਤਰ੍ਹਾਂ। ਆਪਾਂ ਆਇਲ ਲਿਆ ਵਾ ਸਰ੍ਹੋਂ ਦਾ, ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ। ਪਾਣੀ ਦੇ ਵਿੱਚ ਤਾਂ ਕਿ ਜਲਦੀ ਬਣ ਜਾਣ ਅਤੇ ਬਹੁਤ ਹੀ ਸਵਾਦ ਬਣਦੇ ਆ। ਇਹ ਬੜੀਆਂ ਮੇਰੇ ਕੋਲ ਦੋਨਾਂ ਤਰ੍ਹਾਂ ਦੀਆਂ ਸੀ, ਵੱਡੀਆਂ ਵੀ ਛੋਟੀਆਂ ਵੀ, ਅਤੇ ਤੁਸੀਂ ਜਿਹੜੀਆਂ ਯੂਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਤੁਸੀਂ ਆਲੂ ਕੱਟ ਕੇ ਵੀ ਪਾ ਸਕਦੇ ਹੋ, ਪਰ ਮੇਰੇ ਕੋਲ ਆਲਰੇਡੀ ਪਏ ਸੀਗੇ ਇਸ ਕਰਕੇ ਮੈਂ ਕੱਟੇ ਨਹੀਂ। ਜੀ ਪਿਆਜ਼ ਆਪਣੇ ਇਸ ਤਰ੍ਹਾਂ ਦੇ ਹੋ ਗਏ, ਠੀਕ ਹੈ ਜੀ। ਸੋ ਇੱਥੇ ਆਪਾਂ ਜਿਹੜੀ ਆਪਣੀ ਟੋਮੈਟੋ ਦੀ ਪਿਊਰੀ ਬਣਾਈ ਸੀ ਉਹਨੂੰ ਐਡ ਕਰਾਂਗੇ। ਜਿਹੜੀ ਬਾਕੀ ਰਹੀ ਆਪਾਂ ਪਾਣੀ ਵਿੱਚ ਮਾਰ ਕੇ ਸਾਫ਼ ਕਰ ਦਾਂਗੇ। ਸੋ ਇਸ ਤਰ੍ਹਾਂ ਆਪਾਂ ਇਹਨੂੰ ਵੀ ਥੋੜ੍ਹਾ ਟਾਈਮ ਭੁੰਨਾਂਗੇ, ਜਦੋਂ ਤੱਕ ਜਿਹੜਾ ਆਇਲ ਆ ਸੈਪਰੇਟ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਭੁੰਨਣਾ। ਸੋ ਫਿਰ ਆਪਾਂ ਮਿਰਚ ਮਸਾਲੇ ਸਾਰੇ ਪਾਵਾਂਗੇ। ਸੋ ਜੀਰਾ ਆਪਣੇ ਕੋਲ ਹੈ ਨਹੀਂ ਗਾ, ਸੋ ਆਪਾਂ ਇੱਥੇ ਜਿਹੜਾ ਤੇਜ਼ ਪੱਤਾ ਐਡ ਔਨ ਕਰ ਰਹੇ ਹਾਂ। ਤੁਹਾਡੇ ਕੋਲ ਤੇਜ਼ ਪੱਤਾ ਹੈਗਾ ਤਾਂ ਤੁਸੀਂ ਪਾ ਸਕਦੇ, ਤੁਹਾਨੂੰ ਕਿਸੇ ਵੀ ਮਸਾਲੇ ਦੀ ਲੋੜ ਨਹੀਂ ਹੁੰਦੀ ਜੇ ਤੁਸੀਂ ਤੇਜ਼ ਪੱਤਾ ਪਾਉਂਦੇ ਹੋ। ਬਾਕੀ ਲਟਰਮ ਬਟਰਮ ਆਈ ਮੀਨ ਤੜਕਾ ਜਿਹੜਾ ਵੀ ਤੁਹਾਡੇ ਕੋਲ ਹੈਗਾ ਜੋ ਤੁਸੀਂ ਖਾਂਦੇ ਹੋ ਉਹ ਪਾ ਲਓ।
ਸੋ ਇਸ ਤਰ੍ਹਾਂ ਦੀ ਹੋ ਗਈ ਆਪਣੀ ਤੜਕਾ ਜਿਹੜਾ ਆਪਣਾ ਇਸ ਤਰ੍ਹਾਂ ਦਾ ਹੋ ਗਿਆ, ਜਿਹੜਾ ਔਇਲ ਅਲੱਗ ਹੋਣਾ ਸ਼ੁਰੂ ਹੋ ਗਿਆ। ਸੋ ਇਸ ਸਟੇਜ 'ਤੇ ਹੀ ਆਪਾਂ ਨਮਕ ਵਿੱਚ ਪਾ ਦੇਣੇ ਆ, 2 ਚਮਚ ਆਪਾਂ ਨਮਕ ਦੇ ਪਾਵਾਂਗੇ ਜੀ। ਸੋ ਫਿਰ ਆਪਾਂ 1.5 ਚਮਚ ਹਲਦੀ, ਮਿਰਚ ਪਾਵਾਂਗੇ, ਮਿਰਚ ਇੰਨੀ ਪਾਉਣੀ ਹੈ ਜਿੰਨੀ ਦੁਸ਼ਮਣਾਂ ਦੇ ਲੱਗ ਜੇ। ਸੋ ਇਹ ਮਜ਼ਾਕ ਸੀ, ਜਿੰਨੀ ਤੁਸੀਂ ਉੰਨੀ ਕੁ ਪਾਓ, ਜਿੰਨਾ ਤੁਹਾਡਾ ਕੌੜਾ ਖਾਣਾ ਪਸੰਦ ਕਰਦੇ ਉੰਨੀ ਪਾਓ। ਸੋ ਹਰੀ ਮਿਰਚ ਪਾਓ ਦੁਸ਼ਮਣਾਂ ਦੇ ਲੱਗਣ ਲਈ, ਚੱਕੋ ਜੀ ਇਹ ਉੰਨੀ ਕੁ ਪਾਉਣੀ ਹੈ ਜਿੰਨੀ ਦੁਸ਼ਮਣਾਂ ਨੂੰ ਲੱਗ ਜੇ। ਚੱਕੋ ਆਪਾਂ ਕਰ ਦੇਣਾ ਇਹਨੂੰ ਮਿਕਸ। ਸੋ ਹੁਣ ਆਪਾਂ 10 ਸਕਿੰਟ ਲਈ ਇਹਨੂੰ ਭੁੰਨ ਲੈਣਾ, ਕਿਉਂਕਿ ਵਿੱਚ ਮਸਾਲੇ ਆ ਨਾ, ਕੱਚਾ ਟੇਸਟ ਨਹੀਂ ਆਊਗਾ ਹਲਦੀ ਮਿਰਚ ਦਾ, ਨਮਕ ਦਾ ਅਸਰ ਨਹੀਂ ਆਉਂਦਾ। ਸੋ ਇਹ ਆਪਾਂ ਮਸਾਲਾ ਪਾ ਦੇਣਾ। ਚਲੋ ਜੀ ਇਸ ਸਟੇਜ 'ਤੇ ਆਪਾਂ ਵਿੱਚ ਜਿਹੜੇ ਆਲੂ ਬੜੀਆਂ ਭਿਉਂਦੇ ਸੀਗੇ ਉਹ ਪਾ ਦੇਣੇ। ਇਸ ਤਰ੍ਹਾਂ ਪਾ ਦੇਣਾ ਹੈ ਆਪਾਂ ਬੜੀਆਂ ਅਤੇ ਪਕੌੜੀਆਂ ਨੂੰ। ਸੋ ਲਾਸਟ ਵਿੱਚ ਆਪਾਂ ਜਿਹੜੇ ਆਪਣੇ ਆਲੂ ਸੀਗੇ ਉਹਨਾਂ ਨੂੰ ਐਡ ਕਰਾਂਗੇ। ਵੈਸੇ ਵੀ ਅਸੀਂ ਆਲੂ ਫਿਉਂ ਕੇ ਹੀ ਪਾਉਣੇ ਹੁੰਦੇ ਹਾਂ, ਸੋ ਆਪਾਂ ਇਹਨਾਂ ਨੂੰ ਵੀ ਇਸ ਤਰ੍ਹਾਂ ਹੀ ਪਾ ਦੇਣਾ ਵਾ ਸਬਜ਼ੀ 'ਚ। ਆਪਾਂ ਇਹਨਾਂ ਨੂੰ ਵੀ ਮਿਕਸ ਕਰ ਦੇਣਾ ਆ ਇਸ ਤਰ੍ਹਾਂ। ਉਹਨਾਂ ਕੋ ਪਾਣੀ ਪਾਉਣਾ ਜਿਹਦੇ 'ਚ ਦੁਸ਼ਮਣ ਡੁੱਬ ਕੇ ਮਰ ਜਾਣ। ਸੋ ਉਹਨਾਂ ਕੋ ਪਾਣੀ ਪਾਉਣਾ ਜਿੰਨੀ ਕਿ ਤੁਸੀਂ ਤਰੀ ਪਸੰਦ ਕਰਦੇ ਹੋ, ਗਾੜੀ ਪਤਲੀ ਰਸਮੀ ਸੀ ਜਿੱਦਾਂ ਦੀ ਸਬਜ਼ੀ ਤੁਸੀਂ ਪਸੰਦ ਕਰਦੇ ਹੋ, ਸੋ ਉਸ ਤਰ੍ਹਾਂ ਦਾ ਪਾਣੀ ਪਾ ਲੈਣਾ। ਸੋ ਲਓ ਜੀ ਹੁਣ ਆਪਾਂ ਇਹਨੂੰ 3 ਸੀਟੀਆਂ ਲਗਾਉਣੀਆਂ, ਇਸ ਤੋਂ ਬਾਅਦ ਸੀਟੀ ਨਹੀਂ ਲਗਾਉਣੀ। ਸੋ ਆਪਾਂ ਕੁੱਕਰ ਕਰ ਦਿੰਦੇ ਹਾਂ ਬੰਦ, ਕੁੱਕਰ ਕਰਤਾ ਆਪਾਂ ਬੰਦ ਹੋਣੀ, ਇਹਨੂੰ ਆਪਾਂ 3 ਸੀਟੀਆਂ ਲਗਾਉਣੀਆਂ, 3 ਤੋਂ ਬਾਅਦ ਜਮਾਂ ਨਹੀਂ ਲਗਾਉਣੀਆਂ। ਸੋ ਜਦ ਤੱਕ ਆਪਣਾ ਜਿਹੜਾ ਖਲਾਰਾ ਪਿਆ ਹੋਇਆ ਚੱਕ ਦਿੰਦੇ ਹਾਂ ਜੀ। ਚਲੋ ਜੀ ਲਓ ਜੀ ਹੁਣ ਆਪਾਂ 3 ਵਿਸਲ ਆਉਣ ਤੱਕ ਵੇਟ ਕਰਦੇ ਹਾਂ। ਸੋ ਆਪਾਂ ਚੱਲਦੇ ਹਾਂ ਬੈਡਰੂਮ। ਲਓ ਜੀ 3 ਵਿਸਲਾਂ ਤੋਂ ਬਾਅਦ ਆਪਣੀ ਸਬਜ਼ੀ ਇਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ। ਦੇਖੋ ਕਿੰਨੀ ਸੋਹਣੀ ਰੰਗਤ ਆਈ ਹੈ। ਸੋ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਇਆ ਕਰੋ, ਸੋ ਉਸ ਤਰ੍ਹਾਂ ਦੇ ਵਧੀਆ ਮਸਾਲਾ ਪਾਇਆ ਕਰੋ, ਲੂਣ ਮਿਰਚ ਵਧੀਆ ਤਰੀਕੇ ਨਾਲ, ਫਿਰ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ। ਸੋ ਸਤਿ ਸ਼੍ਰੀ ਅਕਾਲ। ਸੋ ਲਓ ਜੀ ਉਰੇ ਆਪਾਂ ਦੇਖੀ ਸਬਜ਼ੀ ਬਹੁਤ ਹੀ ਘੈਂਟ ਬਣੀ। ਸੋ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਜਿਹੜਾ ਮੈਂ ਸਿਰ ਢੱਕ ਕੇ ਜਿਹੜਾ ਆਪਣਾ ਆਟਾ ਵਗੈਰਾ ਗੁੰਨਣਾ ਸ਼ੁਰੂ ਕਰਤਾ ਸੀਗਾ, ਸੋ ਤੁਸੀਂ ਵੀ। ਸੋ ਇਸ ਤਰ੍ਹਾਂ ਆਪਾਂ ਜਿਹੜਾ ਆਟਾ ਵਗੈਰਾ ਮੈਂ ਨਾਲ ਹੀ ਗੁੰਨ ਕੇ ਰੱਖ ਦਿੰਦੀ ਹਾਂ, ਨਾਲੇ ਤਾਂ ਸੌਫਟ ਹੋ ਜਾਂਦਾ। ਅਤੇ ਵੈਸੇ ਵੀ ਮੈਂ ਆਟਾ ਜਿਹੜਾ ਸੌਫਟ ਹੀ ਗੁੰਨਦੀ ਹਾਂ ਥੋੜ੍ਹਾ ਜਿਹਾ, ਇਸ ਤਰ੍ਹਾਂ ਹੀ ਗੁੰਨਦੀ ਹਾਂ ਵੀ ਨਾ ਰੋਟੀਆਂ ਫਿਰ ਫੁੱਲ ਕੇ ਲੈਂਦੀਆਂ ਜਦੋਂ ਆਪਾਂ ਸੌਫਟ ਆਟਾ ਗੁੰਨਦੇ ਹਾਂ। ਸੋ ਨਾਲ ਹੀ ਮੈਂ ਇੱਦਾਂ ਸੌਫਟ ਹੀ ਆਟਾ ਗੁੰਨਦੀ ਹੁੰਦੀ ਹਾਂ, ਜ਼ਿਆਦਾ ਨਹੀਂ। ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਥੋੜ੍ਹਾ ਟਾਈਮ ਰੱਖ ਦਿੰਦੇ ਹਾਂ ਨਾ 2 ਮਿੰਟ, ਫਿਰ ਉਹ ਹੋਰ ਵੀ ਜ਼ਿਆਦਾ ਸੌਫਟ ਹੋ ਜਾਂਦਾ ਅਤੇ ਰੋਟੀਆਂ ਬਹੁਤ ਹੀ ਸੋਹਣੀਆਂ ਸੋਹਣੀਆਂ ਲੈਂਦੀਆਂ ਨੇ। ਸੋ ਤੁਸੀਂ ਵੀ ਇਸ ਤਰ੍ਹਾਂ ਹੀ ਕਰਿਆ ਕਰੋ ਅਤੇ ਫਰਿੱਜ 'ਚ ਆਟਾ ਨਾ ਰੱਖਿਆ ਕਰੋ ਪਲੀਜ਼ ਗੁੰਨ ਕੇ। ਸੋ ਅਸੀਂ ਤਾਂ ਇਸ ਤਰ੍ਹਾਂ ਹੀ ਆਪਦੇ ਜਿਹੜਾ ਇੱਦਾਂ ਹੀ ਗੁੰਨ ਲੈਂਦੇ ਹਾਂ ਆਟਾ, ਫਿਰ ਉਸ ਤੋਂ ਬਾਅਦ ਉਹਨੂੰ 2 ਮਿੰਟ ਰੈਸਟ ਲਈ ਰੱਖ ਦਿੰਦੇ ਹਾਂ। ਸੋ ਆਟਾ ਆਪਣਾ ਗੁੰਨ ਕੇ ਤਿਆਰ ਹੋ ਗਿਆ ਜੀ। ਸੋ ਇਸ ਤੋਂ ਬਾਅਦ ਮੈਂ ਆਪਣਾ ਜਿਹੜਾ ਆਟਾ ਢੱਕ ਕੇ ਰੱਖ ਦੇਣਾ 2 ਮਿੰਟ ਲਈ। ਸੋ ਜਦ ਤੱਕ ਆਪਾਂ ਜਿਹੜੇ ਭਾਂਡੇ ਮਾਂਜ ਦਿੰਦੇ ਹਾਂ, ਭਾਂਡੇ ਬਹੁਤ ਹੋਏ ਪਏ ਸੀਗੇ,
ਜਦੋਂ ਤੱਕ ਨਾ ਰਸੋਈ ਦੇ ਵਿੱਚ ਭਾਂਡੇ ਪਏ ਰਹਿੰਦੇ ਨਾ, ਬਾਹਲੇ ਗੰਦੇ ਲੱਗਦੇ ਦੇਖਣ ਨੂੰ, ਅਤੇ ਉਦੋਂ ਤੱਕ ਸਾਰਾ ਕੰਮ ਨਹੀਂ ਨਿਬੜਦਾ ਜਦੋਂ ਤੱਕ ਆਪਣੇ ਜਿਹੜੇ ਭਾਂਡੇ ਨਾ ਧੋਤੇ ਜਾਣ, ਕਰਕੇ ਉਹ ਭੈੜੇ ਭੈੜੇ ਲੱਗੀ ਜਾਂਦੇ ਹੈਗੇ। ਸੋ ਆਪਾਂ ਨਾਲ ਹੀ ਇਸ ਤਰ੍ਹਾਂ ਭਾਂਡੇ ਧੋਤੇ, ਭਾਂਡੇ ਧੋਣ ਤੋਂ ਬਾਅਦ ਜਿਹੜਾ ਮੈਂ ਸ਼ੈਂਕਰ ਜਿਹੜਾ ਉਹ ਵੀ ਸਾਰਾ ਏਰੀਆ ਕਲੀਨ ਕਰ ਦਿੰਦੀ ਹੁੰਦੀ ਹਾਂ, ਤਾਂ ਕਿ ਇੱਥੇ ਨਾ ਗੰਦਾ ਨਾ ਰਹੇ, ਚਿਪ ਚਿਪ ਜਿਹੇ ਹੋ ਜਾਂਦੇ ਆ ਸ਼ੈਂਕ। ਸੋ ਸਤਿ ਸ਼੍ਰੀ ਅਕਾਲ ਜੀ, ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ।